ਮੇਰੇ ਬੱਚੇ ਦੀ ਸਿਕਿਉਰਟੀ ਨੂੰ ਵਾਰਸ ਕੀਤਾ ਗਿਆ ਪਰ ਉਹ ਸ਼੍ਰੀਮਾਨ ਬਲਤੇਜ ਪਬਲੂ ਜੀ ਜਿਨ੍ਹਾਂ ਨੇ ਇਕੱਲਾ ਵਾਪਸੀ ਨਹੀਂ ਕੀਤਾ ਔਰ ਅਨਾਊਂਸ ਵੀ ਕਰਤਾ ਵੀ ਸਿੱਧੂ ਅੱਜ ਘਰੇ ਹੈ ਉਹਨੂੰ ਮਾਰ ਦਿੱਤਾ ਜਾਵੇ ਕੀ ਕਹਾਂਗੇ ਇਸ ਗੱਲ ਨੂੰ ਸਿਕਿਉਰਟੀ ਬਾਸ ਵੀ ਕਰ ਲਈ ਸੀ ਕਰ ਲਈ ਸੀ ਕੋਈ ਗੱਲ ਨੀ ਅਸੀਂ ਆਪੇ ਕੋਈ ਨਾ ਕੋਈ ਕਰ ਲੈਂਦੇ ਬੰਦ ਸੋਲੋ ਮੈਂ ਇੱਕ ਦੁਖੀ ਦਿਲ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਇੱਕੋ ਹੀ ਸਵਾਲ ਕਰਦਾ ਮੇਰਾ ਬੱਚਾ ਵਾਪਸ ਨਹੀਂ ਆਏਗਾ ਪਰ ਮੈਂ ਇੱਕੋ ਹੀ ਗੱਲ ਪੁੱਛਿਆ ਵੀ ਮੇਰੇ ਬੱਚੇ ਦਾ ਕਸੂਰ ਦੱਸ ਦਿਓ ਕੱਲਾ ਬਸ ਕਿ ਸਾਡੀ ਉਹ ਗਲਤੀ ਸੀ ਅਸੀਂ ਆਪਣੇ ਇਲਾਕੇ ਨੂੰ ਚੁਣਿਆ ਅਸੀਂ ਚਾਹੁੰਦੇ ਤਾਂ 1.25 ਕਰੋੜ ਰੁਪਈਆ ਸ਼ੋਅ ਮੇਰਾ ਬੱਚਾ ਡੇਢ ਘੰਟੇ ਦਾ ਲੈ ਲੈਂਦਾ ਸੀ ਸਾਨੂੰ ਕੀ ਲੋੜ ਪੈਂਦੀ ਸੀ ਅਸੀਂ ਗਲੀਆਂ ਦੇ ਬੇਰਾਂ ਮੁੱਧ ਮੁੱਧ ਕੇ ਲੋਕਾਂ ਦੇ ਘਰਾਂ ਦੇ ਵਿੱਚ ਹੱਥ ਬੰਨ ਕੇ ਵੋਟਾਂ ਲਈ ਗਏ ਸ਼ਾਇਦ ਮੇਰੇ ਬੱਚੇ ਦੇ ਮਨ ਦੇ ਵਿੱਚ ਇੱਕੋ ਗੱਲ ਸੀ ਵੀ ਸਾਡਾ ਜਿਹੜਾ ਰਾਜਨੀਤਿਕ ਸਿਸਟਮ ਹੈ ਇਹ ਪੈਸੇ ਦੀ ਦੌੜ ਦੇ ਵਿੱਚ ਹੋ ਗਿਆ ਲੋਕ ਰਾਜਨੀਤੀ ਨੂੰ ਕਬੂਲਤਾ ਕਰਦੇ ਨਹੀਂ ਪਰ ਉਸ ਤੋਂ ਬਾਅਦ ਦਿੱਲੀ ਸਾਰੇ ਪਾਸੇ ਨੂੰ ਪੈ ਜਾਂਦੀ ਹੈ ਤਾਂ ਸਾਡਾ ਨਿਗਾਰ ਆਈ ਜਾਂਦੇ ਤੇ ਜਿਹੜੀ ਵੀ ਸਾਡੀ ਤਸਵੀਰ ਅੱਜ ਲੀਡਰਾਂ ਦੀ ਸਾਡੇ ਮਨ ਚ ਬਣੀ ਹੈ ਕਿ ਮੈਂ ਉਹ ਤੋਂ ਹੱਟ ਕੇ ਕੰਮ ਕਰੂੰਗਾ ਪਾਪਾ ਮੇਰੇ ਕੋਲ ਕਮਾਈ ਦਾ ਸਾਧਨ ਹੈ ਮੈਂ ਕਦੇ ਵੀ ਜਨਤਾ ਦੇ ਪੈਸੇ ਨੂੰ ਮਿਸਯੂਜ਼ ਨਹੀਂ ਕਰੂੰਗਾ ਔਰ ਮੈਂ ਤੁਹਾਨੂੰ ਇੱਕ ਨਵੀਂ ਚੀਜ਼ ਨਵੀਂ ਮਿਸਾਲ ਪੈਦਾ ਕਰਕੇ ਦਿਖਾਵਾਂਗਾ ਇਹ ਗੱਲਾਂ ਨੂੰ ਸੋਚ ਕੇ ਮੇਰੇ ਬੱਚੇ ਨੇ ਰਾਜਨੀਤੀ ਜੁਆਇਨ ਕੀਤੀ ਚਲੋ ਮੇਰਾ ਇਲਾਕਾ ਭੋਲਾ ਸੀ ਉਸ ਬੱਚੇ ਨੂੰ ਸਮਝ ਨਹੀਂ ਸਕਿਆ ਉਹਨੇ ਗਲੀਆਂ ਦੇ ਵਿੱਚ ਕਿਹਾ ਸੀ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਮੈਂ ਵੀ ਉਹਨਾਂ ਦੀ ਗੱਲ ਕਹਿੰਦਾ ਹੁੰਦਾ ਸੀ ਬੱਚੇ ਜਿਹੜੀਆਂ ਗੱਲਾਂ ਤੂੰ ਕਰਦਾ ਉਹ ਛੇਤੀ ਕੀਤੀਆਂ ਆਵਾਮ ਦੇ ਸਮਝ ਦੇ ਵਿੱਚ ਆਉਣ ਵਾਲੀਆਂ ਸੀ ਅਸੀਂ 2 ਮਹੀਨੇ ਹਲਕਾ ਇੰਚਾਰਜ ਕੀਤੀ ਮਾਨਸਾ ਦੀ ਤਾਂ ਸਭ ਤੋਂ ਜ਼ਿਆਦਾ 40-45 ਲੱਖ ਰੁਪਇਆ ਪਹਿਲੇ ਵੀ ਹਸਪਤਾਲ ਨੂੰ ਗਿਆ ਸਾਨੂੰ ਬਥੇਰਾ ਰਾਜਨੀਤਿਕ ਸੈਨਾ ਬੰਦਾ ਨੇ ਕਿਹਾ ਵੀ ਤੁਸੀਂ ਵੋਟਾਂ ਲੈਣੀਆਂ ਪੈਸੇ ਸਾਰੇ ਹਸਪਤਾਲ ਦੇ ਲਾਈ ਜਾਣ ਕੋਈ ਗਲੀ ਨਾਲੀ ਬਣਾ ਦਿਓ ਪਰ ਉਹ ਕਹਿੰਦਾ ਯਾਰ ਸਾਰੀ ਗੱਲ ਰਾਜਨੀਤੀ ਹੋਈ ਹੈ ਇਸ ਗੱਲ ਦਾ ਮੈਨੂੰ ਵੀ ਦੁੱਖ ਹੋਇਆ ਵੀ ਪੁੱਤਰਾ ਜਿਹੜੇ ਹਸਪਤਾਲ ਦੀਆਂ ਗੱਲਾਂ ਕਰਦਾ ਸੀ ਅੱਜ ਉਸੇ ਹਸਪਤਾਲ ਦੇ ਵਿੱਚ ਪਏ ਕੋਈ ਪ੍ਰਬੰਧ ਨਹੀਂ ਹੋਇਆ 23 ਘੰਟੇ ਬੱਚੇ ਨੂੰ ਕੋਠੀ ਦੇ ਵਿੱਚ ਬੰਦ ਕਰਕੇ ਰੱਖਦਾ ਵੀਰੋ ਜੇ ਨੌਜਵਾਨ ਬੱਚਾ 1.5 ਘੰਟਾ ਕਹਿੰਦੇ ਪਾਪਾ 15 ਮਿੰਟ ਲਈ ਬਾਹਰ ਜਾਣਾ ਮੈਨੂੰ 2 ਮਿੰਟ ਮੋਟਰ ਤੇ ਜਾ ਆਉਣਗੇ